ਤੇ ਕੁਝ ਬਣ ਪਾ ਰਿਹਾ, ਬੱਚੇ ਵੀ ਰੋਲ ਰਹੇ ਨੇ। ਤੇ ਇਹ ਮੈਟਰ ਹੁਣ ਕੱਲੀ ਜੋਬ ਦਾ ਜਾਂ ਟ੍ਰਾਂਸਫਰ ਦਾ ਨਹੀਂ ਹੈ, ਇਹ ਮੈਟਰ ਹੈ ਸਰਵਾਈਵਲ ਦਾ। ਤੇ ਸਰਵਾਈਵਲ ਵਾਸਤੇ ਆਪਾਂ ਸਾਰਿਆਂ ਨੂੰ ਲੜਨਾ ਪੈਣਾ ਆ, ਕਿਉਂਕਿ ਹੁਣ ਦੇਖੀਏ ਧਰਨਾ ਕੌਣ ਕਰਦਾ ਆ, ਜਿਹੜੇ ਲੋਕ ਸਰਕਾਰ ਤੋਂ ਖੁਸ਼ ਨਹੀਂ ਹੁੰਦੇ। ਤੇ ਜਿਹੜੇ ਲੋਕ ਸਰਕਾਰ ਤੋਂ ਖੁਸ਼ ਨਹੀਂ ਹੁੰਦੇ ਉਹਨਾਂ ਨੂੰ ਕੀ ਕਹਿੰਦੇ ਨੇ? ਰੈਬਲੀਅਨ ਜਾਂ ਬਾਗੀ, ਸਮਝ ਰਹੇ ਹੋ? ਤੇ ਤੁਹਾਨੂੰ ਬਾਗੀ ਕਹਿ ਕੇ ਬਹੁਤ ਜਲਦੀ ਅਲੱਗ ਕੀਤਾ ਜਾ ਸਕਦਾ ਆ, ਪਰ ਕੋਈ ਮੈਨੂੰ ਦੱਸ ਸਕਦਾ ਕਿ ਇੱਕ ਬਾਗੀ ਤੇ ਦੇਸ਼ ਭਗਤ ਦੇ ਵਿੱਚ ਫਰਕ ਕੀ ਹੁੰਦਾ ਆ? ਵਟ ਇਜ਼ ਦਾ ਰੀਅਲ ਡਿਫਰੈਂਸ ਬਿਟਵੀਨ ਏ ਰੈਬਲੀਅਨ ਐਂਡ ਏ ਪੈਟਰੋਇਟ? ਪੈਟਰੋਇਟ ਕੌਣ ਹੁੰਦਾ ਆ? ਜਿਹਨੂੰ ਸਤਿ ਸ਼੍ਰੀ ਅਕਾਲ ਜੀ, ਜਿਹਨਾਂ ਨੂੰ ਇਹਨਾਂ ਦੀ ਪੋਲਿਸੀ ਚੰਗੀ ਲੱਗੀ, ਜਿਹਨੂੰ ਜਿਹੜਾ ਇਹਨਾਂ ਦੇ ਦਫ਼ਤਰ ਦੇ ਵਿੱਚ ਗਿਆ, ਡੈਪੂਟੇਸ਼ਨ ਲਵਾ ਕੇ ਘਰੇ ਆ ਗਿਆ, ਉਹ ਕੀ ਬਣ ਗਿਆ? ਦੇਸ਼ ਭਗਤ। ਉਹ ਕਹੂਗਾ ਪੰਜਾਬ ਸਰਕਾਰ ਜ਼ਿੰਦਾਬਾਦ। ਹੁਣ ਜਿਹੜਾ ਉਹ ਸਰਦੀ ਪ੍ਰੋਬਲਮ ਦੱਸਦੇ ਸੀ, ਉਹਨਾਂ ਦੇ ਫਾਦਰ ਸਾਹਿਬ ਬਿਮਾਰ ਆ, ਮੇਰੇ ਨਾਲ ਜਾਤੀ ਮਲੇਰਕੋਟਲੇ ਤੇ ਆਏ ਆ, ਉਹਨਾਂ ਦੀ ਮਦਰ ਨੂੰ ਕੈਂਸਰ ਤੱਕ ਦੀ ਵੀ ਪ੍ਰੋਬਲਮ ਆ, ਉਹ ਡੈਪੂਟੇਸ਼ਨ ਲਈ ਪਤਾ ਨੀ ਕਿੰਨੀ ਵਾਰ ਜਾ ਚੁੱਕੇ ਨੇ, ਜਦੋਂ ਉਹਨਾਂ ਨੂੰ ਮਨਾ ਕੀਤਾ ਜਾਂਦਾ ਹੈ ਤਾਂ ਉਹ ਬਾਗੀ ਬਣ ਜਾਂਦੇ ਨੇ। ਉਹ ਕੀ ਕਹਿੰਦੇ ਨੇ? ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਇਹ ਟੋਟਲੀ ਇਟ ਡਿਪੈਂਡਸ ਔਨ ਦਾ ਗਵਰਨਮੈਂਟ ਕਿ ਸਰਕਾਰ ਨੇ ਲੋਕਾਂ ਨੂੰ ਬਾਗੀ ਬਣਾਉਣਾ ਜਾਂ ਦੇਸ਼ ਭਗਤ ਬਣਾਉਣਾ। ਅਸੀਂ ਇੱਥੇ ਕੋਈ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਹੈ, ਪਰ ਸਾਡਾ ਇੱਕ ਹੀ ਮੁੱਦਾ ਆ ਵੀ ਸਾਡਾ ਮੁੱਦਾ ਹੱਲ ਕੀਤਾ ਜਾਵੇ ਤੇ ਸਾਨੂੰ ਜਨਰਲ ਟ੍ਰਾਂਸਫਰ ਦੇ ਵਿੱਚ ਗਿਣਿਆ ਜਾਵੇ, ਕਿਉਂਕਿ ਜੇ ਸਾਨੂੰ ਇਸ ਤੋਂ ਬਾਅਦ ਸਪੈਸ਼ਲ ਚਾਂਸ ਵੀ ਦਿੱਤਾ ਜਾਂਦਾ ਹੈ ਫਿਰ ਵੀ ਸਾਥੀ ਤੁਹਾਡੇ ਪੱਲੇ ਕੁਛ ਨਹੀਂ ਪੈਣਾ, ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਕਿਉਂਕਿ ਜੇ ਅੱਜ ਜਾਂ ਕੱਲ੍ਹ ਜੇ ਟ੍ਰਾਂਸਫਰ ਹੋ ਗਈ ਆਪਾਂ ਨੂੰ ਸਟੇਸ਼ਨ ਬਹੁਤ ਘੱਟ ਬਚ ਜਾਣੇ ਆ। ਸੋ ਸਾਡੀ ਇੱਕੋ ਇੱਕ ਮੰਗ ਹੈ ਸਾਨੂੰ ਜਨਰਲ ਟ੍ਰਾਂਸਫਰ ਦੇ ਵਿੱਚ ਕੰਸੀਡਰ ਕੀਤਾ ਜਾਵੇ, ਤੇ ਹੁਣ ਅਸੀਂ ਪ੍ਰਸ਼ਾਸਨ ਨੂੰ ਵੀ ਇੱਕ ਅਲਟੀਮੇਟਮ ਦਿੰਦੇ ਹਾਂ, ਜਦੋਂ ਤੱਕ ਸਾਨੂੰ ਕੋਈ ਰਿਟਨ ਕੋਈ ਠੋਸ ਕੋਈ ਗੱਲ ਸਰਕਾਰ ਵੱਲੋਂ ਨਹੀਂ ਆਉਂਦੀ ਉਦੋਂ ਤੱਕ ਅਸੀਂ ਇੱਥੋਂ ਨਹੀਂ ਉੱਠਾਂਗੇ, ਚਾਹੇ ਸਾਨੂੰ ਇਹ ਰੋਡ ਬਲੌਕ ਕਰਨਾ ਪਵੇ, ਚਾਹੇ ਇੱਥੇ ਹੀ ਪੈਣਾ ਪਵੇ, ਹੁਣ ਅਸੀਂ ਇਹ ਵਾਪਸ ਵੀ ਉੱਥੇ ਨਹੀਂ ਜਾਣਾ। ਮੈਂ ਘਰੇ ਨੇ ਮੰਮੀ ਨੂੰ ਪੈਰੀ ਹੱਥ ਲਾ ਕੇ ਇਹੀ ਕਹਿ ਕੇ ਆਇਆ ਸੀ, ਜਦ ਆਪਣੇ ਘਰੇ ਜਾਊਂਗਾ ਤਾਂ ਉੱਥੇ ਨਹੀਂ ਜਾਣਾ, ਨਹੀਂ ਤਾਂ ਵਾਪਸ ਹੀ ਘਰੇ ਆਊਂਗਾ। ਪੰਜਾਬ ਸਰਕਾਰ ਮੁਰਦਾਬਾਦ।